ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੁਸ਼ਿਆਰਪੁਰ ਦੇ ਪਿੰਡ ਖੜਿਆਲਾ ਸੈਣੀ ਤੋਂ ਜਥੇਦਾਰ ਰਣਧੀਰ ਸਿੰਘ ਦੀ ਅਗਵਾਈ 'ਚ ਇੱਕ ਮਾਜੂ ਸੰਗਤਾਂ ਦਾ ਇੱਕ ਵੱਡਾ ਇਕੱਠ ਜੈਕਾਰਿਆਂ ਦੀ ਗੂੰਜ ਨਾਲ ਡੇਰਾ ਬਾਬਾ ਨਾਨਕ ਦੇ ਲਈ ਰਵਾਨਾ ਹੋਇਆ, ਜੋ ਕਿ ਵੱਖ ਵੱਖ ਥਾਵਾਂ 'ਤੇ ਹੁੰਦਾ ਹੋਇਆ 4 ਮਾਰਚ ਦੇਰ ਸ਼ਾਮ ਨੂੰ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਵਿਖੇ ਪਹੁੰਚੇਗਾ। ਸੰਗਤਾਂ ਦੇ ਸਵਾਗਤ ਲਈ ਵੱਖ ਵੱਖ ਤਰ੍ਹਾਂ ਦੇ ਰਾਸਤੇ 'ਚ ਲੰਗਰ ਵੀ ਲਗਾਏ ਜਾਂਦੇ ਹਨ, ਪਰ ਸਭ ਤੋਂ ਵੱਡਾ ਲੰਗਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਕਲਾਨੌਰ ਨਜ਼ਦੀਕ ਪਿੰਡ ਰੋਡ ਖੈਰਿਆਂ ਦੇ ਵੱਲੋਂ ਲਗਾਇਆ ਜਾਂਦਾ ਹੈ। ਇਸ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਪਕਵਾਨ ਸੰਗਤਾਂ ਦੇ ਲਈ ਵਰਤੇ ਜਾਂਦੇ ਹਨ। ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਕਰੋ ਤਾਂ ਕਿ ਤੁਹਾਡੇ ਤੱਕ ਨਵੀਆਂ ਖਬਰਾਂ ਪਹੁੰਚਾਈਆਂ ਜਾ ਸਕਣ। ਰਿਪੋਰਟਿੰਗ ਲਵਪ੍ਰੀਤ ਸਿੰਘ, ਖੁਸ਼ੀਪੁਰ, ਗੁਰਦਾਸਪੁਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਹ ਜੋ ਲੰਗਰ ਦੀ ਸੇਵਾ ਹੈ ਪਿੰਡ ਰੋੜ ਖਹਿਰਾ ਤੇ ਸਮੁੱਚੇ ਇਲਾਕੇ ਦੀ ਸੰਗਤ ਵੱਲੋਂ ਸੇਵਾ ਕੀਤੀ ਜਾ ਰਹੀ ਹੈ, ਜੋ ਨਿਰੰਤਰ 17 ਸਾਲ ਤੋਂ ਵੀਰ ਜੰਗ ਸਿੰਘ ਦੇ ਘਰ ਜੋ ਕਿ ਸਾਨੂੰ ਇਹ ਜਗ੍ਹਾ ਦਿੰਦੇ ਆ, ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮਟਰ ਪਨੀਰ, ਦਾਲ ਚੌਲ, ਰੁਮਾਲੀ ਰੋਟੀ, ਖੀਰ ਬਦਾਮਾਂ ਵਾਲੀ, ਇੱਦਾਂ ਅਲੱਗ ਅਲੱਗ ਤਰ੍ਹਾਂ ਦੇ ਸੰਤਰਿਆਂ ਦੀ ਸੇਵਾ, ਹੋਰ ਬਹੁਤ ਤਰ੍ਹਾਂ ਦੀ ਪਾਣੀ ਦੀ ਸੇਵਾ ਤੇ ਹੋਰ ਸੰਗਤਾਂ ਵੱਲੋਂ ਲਗਾਤਾਰ NRI ਵੀਰਾਂ ਵੱਲੋਂ ਤੇ ਸਮੁੱਚੇ ਇਲਾਕੇ ਵੱਲੋਂ ਬੜੇ ਵੱਡੇ ਪੱਧਰ ਤੇ ਸੇਵਾ ਚੱਲ ਰਹੀ ਆ। ਸੋ ਸੰਗਤ ਦੇ ਸੰਯੋਗ ਦੇ ਨਾਲ ਕਈ ਇਹੋ ਜਿਹੇ ਪਕਵਾਨ ਬਣਦੇ ਨੇ ਜੋ 5-star ਹੋਟਲਾਂ ਦੇ ਵਿੱਚ ਖਾਧੇ ਜਾਂਦੇ ਨੇ, ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਡੇ ਸਰਦਾਰ ਸੁਰਿੰਦਰ ਸਿੰਘ ਆੜ੍ਹਤੀ ਸਾਹਿਬ, ਪ੍ਰਤਾਪ ਸਿੰਘ ਸਰਪੰਚ ਸਾਹਿਬ, ਹੋਰ ਅਲੱਗ ਅਲੱਗ ਸ਼ਖਸੀਅਤਾਂ ਜੋ ਕਿ ਪੂਰੇ ਚੰਗੀ ਤਰ੍ਹਾਂ ਸੰਯੋਗ ਦੇ ਕੇ ਨਿਰੰਤਰ ਤੌਰ 'ਤੇ ਇਹ ਸੇਵਾ ਚੱਲਦੀ ਆ, ਤੇ ਅਲੱਗ ਅਲੱਗ ਬਹੁਤ ਧੰਨਵਾਦ ਹੈ ਸੰਗਤਾਂ ਦਾ ਕਿ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚੋਲਾ ਸਾਹਿਬ ਦੇ ਸੰਬੰਧ ਵਿੱਚ ਜੋ ਹਰ ਸਾਲ ਇਹ ਲੰਗਰ ਲਾਏ ਜਾਂਦੇ ਨੇ ਤੇ ਸੰਗਤਾਂ ਆਉਂਦੀਆਂ ਨੇ, ਛਕਦੀਆਂ ਨੇ, ਤੇ ਹੋਰ ਇਲਾਕੇ ਦੀ ਸੰਗਤਾਂ ਨੂੰ ਬੇਨਤੀ ਆ ਕਿ ਪਿੰਡ ਦਲੇਰਪੁਰ ਦੇ ਅੱਡੇ ਦੇ ਵਿੱਚ ਜੋ ਇਹ ਲੰਗਰ ਚੱਲਦਾ ਹੈ ਤੇ ਵੱਧ ਤੋਂ ਵੱਧ ਸੰਯੋਗ ਦਿਓ, ਲੰਗਰ ਛਕ ਕੇ ਜਾਓ ਤੇ ਇਸੇ ਹੀ ਤਰ੍ਹਾਂ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਾਰੇ ਜਾਣੇ ਇੱਥੇ ਖੋ ਜਾਓ। ਵਾਹਿਗੁਰੂ ਕੀ ਪਿਓ ਜਾਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ,
ਨਗਰ ਪਿੰਡ ਰੋੜ ਖਹਿਰਾ ਜੋ ਸੰਗਤ ਹਰ ਸਾਲ ਜੋ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਚੋਲਾ ਸਾਹਿਬ ਦਾ ਮੇਲਾ ਹੁੰਦਾ ਹੈ ਉਸ ਦੇ ਸੰਬੰਧ ਵਿਖੇ ਸੰਗਤ ਆਉਂਦੀ ਹੈ। ਸੰਗਤ ਵਾਸਤੇ ਪਿਛਲੇ ਰੋਜ਼ ਤੋਂ ਸਾਡੀ ਸਾਰੀ ਸੰਗਤ ਤਨ ਮਨ ਅਤੇ ਧਨ ਦੇ ਨਾਲ ਸੇਵਾ ਕਰ ਰਹੀ ਹੈ। ਲੰਗਰ ਦਿਨ ਰਾਤ ਚੱਲਦਾ ਹੈ ਔਰ ਇਸ ਦੇ ਨਾਲ ਚਾਹ ਪਕੌੜੇ ਜਲੇਬ ਵਗੈਰਾ ਅਨੇਕ ਪ੍ਰਕਾਰ ਦੀਆਂ ਮਠਿਆਈਆਂ ਚਲਾਈਆਂ ਜਾਂਦੀਆਂ ਹਨ। ਪਿੰਡ ਦੀ ਪੰਚਾਇਤ ਅਤੇ ਸੰਗੂਰ ਨਗਰ ਨਿਵਾਸੀ ਰਲ ਕੇ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਹਰੇਕ ਸਾਲ ਵੱਧ ਤੋਂ ਵੱਧ ਸੇਵਾ ਕਰਦੇ ਹਨ। ਫਲ ਆਦਿਕ ਅਨੇਕ ਪ੍ਰਕਾਰ ਦੀ ਜੋ ਵਸਤੂ ਹੈ ਉਹ ਇੱਥੇ ਹੁੰਦੀ ਹੈ। ਸੋ ਹਰੇਕ ਸੰਗਤ ਤਨ ਮਨ ਅਤੇ ਧੰਦੇ ਨਾਲ ਸੇਵਾ ਕਰਦੇ ਹਨ। ਫਲ ਹੋਰ ਸਬਜ਼ੀਆਂ ਦਾਲਾਂ ਖੀਰ ਪਕੌੜੇ ਅਨੇਕ ਪ੍ਰਕਾਰ ਦੀਆਂ ਵਧੀਆ ਤੋਂ ਵਧੀਆ ਸਾਰੀਆਂ ਵਸਤੂਆਂ ਬਣਦੀਆਂ ਹਨ ਅਤੇ ਸੰਗਤ ਰੋਜ਼ਾਨਾ ਹੀ ਹਜ਼ਾਰਾਂ ਦੇ ਹਿਸਾਬ ਨਾਲ ਸ਼ਾਮ ਨੂੰ ਸਵੇਰੇ ਸਾਰਾ ਦਿਨ ਹੀ ਲੰਗਰ ਚੱਲਦਾ ਹੈ। ਸੋ ਇਸ ਜੋ ਪਰਿਵਾਰ ਜੋ ਇਹ ਜਿਸ ਘਰ ਵਿੱਚ ਇਹ ਆਪਾਂ ਇਹ ਲੰਗਰ ਲਾਉਂਦੇ ਹਾਂ ਉਹ ਪਰਿਵਾਰ ਵੀ ਬਹੁਤ ਸਹਾਇਤਾ ਕਰਦਾ ਹੈ। ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਇਲਾਕਾ ਨਿਵਾਸੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਕਿ ਜੋੜ ਮੇਲੇ ਦੇ ਨਾਲ ਰਲ ਕੇ ਹਮੇਸ਼ਾ ਹੀ ਇੱਥੇ ਸੇਵਾ ਕਰਦੇ ਹਨ। ਇਸ ਸੇਵਾ ਵਿੱਚ ਇਹ ਨਹੀਂ ਹੈ ਕਿ ਨਗਰ ਰੋੜ ਖਹਿਰਾ ਦੀ ਹੀ ਸੇਵਾ ਕਰ ਸਕਦੀ ਹੈ, ਇਸ ਇਲਾਕੇ ਦੀ ਸੰਗਤ ਵੀ ਆਉਂਦੀ ਹੈ ਜੋ ਬਹੁਤ ਸਹਿਯੋਗ ਦਿੰਦੀ ਹੈ, ਪੈਸੇ ਵੀ ਦਿੰਦੇ ਹਨ ਅਤੇ ਤਨ ਦੇ ਨਾਲ ਸੇਵਾ ਵੀ ਕਰਦੇ ਹਨ। ਸਾਡੇ ਨਗਰ ਦੇ ਇਹ ਸਾਰੇ ਨੌਜਵਾਨ ਰਲ ਕੇ ਹਮੇਸ਼ਾ ਹੀ ਇਸ ਤਰ੍ਹਾਂ ਸੇਵਾ ਕਰਦੇ ਹਨ ਅਤੇ ਸਾਰਾ ਪੂਰੇ ਦਾ ਪੂਰਾ ਪਰਿਵਾਰ ਇੱਥੇ ਪਹੁੰਚ ਕਰਕੇ ਸੇਵਾ ਕਰਦਾ ਹੈ। ਸੋ ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਪਰਸੋਂ ਵੀ ਸਾਰਾ ਦਿਨ ਸੰਗਤ ਨੇ ਆਉਣਾ ਹੈ ਜੋ ਪਿੱਛੋਂ ਸੰਗਤ ਅੰਮ੍ਰਿਤ ਵੇਲੇ ਤੋਂ ਹੀ ਚਾਲੂ ਹੋ ਜਾਂਦੀ ਹੈ ਅਤੇ ਸ਼ਾਮ ਤੱਕ ਸੰਗਤ ਪਿੱਛੋਂ ਆਉਂਦੀ ਰਹਿੰਦੀ ਹੈ ਅਤੇ ਇੱਥੇ ਹਰੇਕ ਪ੍ਰਕਾਰ ਦੇ ਪਕਵਾਨ ਬਣਦੇ ਹਨ ਅਤੇ ਸੰਗਤ ਬੜੇ ਪਿਆਰ ਦੇ ਨਾਲ ਸਕਦੀ ਹੈ ਅਤੇ ਸਾਡੇ ਸੇਵਾਦਾਰ ਵੀ ਬੜੇ ਪਿਆਰ ਦੇ ਨਾਲ ਸਿਖਾਉਂਦੇ ਹਨ। ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਚੋਲਾ ਸਾਹਿਬ ਦੇ ਸੰਬੰਧ ਵਿੱਚ ਲੰਗਰ ਜੋ ਪਿੰਡ ਰੋੜ ਖਹਿਰਾ ਤੇ ਸਾਡੇ ਵੀਰ ਸਾਹਿਬਾਨ ਜੰਗ ਸਿੰਘ ਦੇ ਘਰ ਵਿੱਚ 17 ਸਾਲ ਤੋਂ ਕਰੀਬ ਚੱਲਦਾ ਆ ਰਿਹਾ ਹੈ। ਲੰਗਰ ਦੇ ਪਦਾਰਥ ਬੜੀ ਕਿਰਪਾ ਹੈ ਗੁਰੂ ਪਾਤਸ਼ਾਹ ਜੀ ਦੀ, ਬੜੇ ਸੰਗਤ ਦੀ ਬੜੀ ਕਿਰਪਾ ਪਾਰ ਕਿਰਪਾ ਹੈ ਜੋ ਕਿ ਬੜੇ ਤਨ ਅਤੇ ਮਨ ਧਨ ਦੇ ਨਾਲ ਸੇਵਾ ਕਰ ਰਹੀ ਹੈ। ਛੋਟੇ ਛੋਟੇ ਵੀਰ ਬੀਬੀਆਂ ਭੈਣਾਂ ਬੜੀ ਸੇਵਾ ਚੱਲ ਰਹੀ ਹੈ। ਲੰਗਰਾਂ ਦੀ ਅਟੋਟ ਕਿਰਪਾ ਗੁਰੂ ਪਾਤਸ਼ਾਹ ਜੀ ਦੀ ਕਦੇ ਵੀ ਕੋਈ ਘਾਟ ਨਹੀਂ ਆਉਂਦੀ। 17 ਸਾਲ ਹੋ ਚੁੱਕੇ ਨੇ ਪਾਤਸ਼ਾਹ ਸੱਚੇ ਪਾਤਸ਼ਾਹ ਮਿਹਰਾਂ ਕਰਨੀਆਂ, ਸਾਧ ਸੰਗਤ ਤੇ ਚੜ੍ਹਦੀ ਕਲਾ ਰੱਖਣੀ, ਇਸੇ ਤਰ੍ਹਾਂ ਹੀ ਸੇਵਾ ਕਰਦੇ ਬਲ ਬਖਸ਼ਣੇ, ਪਿਆਰ ਇਤਪਾਕ ਰੱਖਣਾ ਗੁਰੂ ਪਾਤਸ਼ਾਹ ਜੀ, ਇਹੀ ਅਰਦਾਸ ਕਰਦੇ ਹਾਂ ਪਾਤਸ਼ਾਹ ਜੀ ਦੇ ਅੱਗੇ ਕਿ ਪ੍ਰੇਮ ਇਤਪਾਕ ਰੱਖਣਾ, ਚੜ੍ਹਦੀਆਂ ਕਲਾ ਰੱਖਣੀਆਂ। ਇਸ ਤਰ੍ਹਾਂ ਹੀ ਪਦਾਰਥ ਚੱਲਦੇ ਨੇ, ਜਿੱਦਾਂ ਖੀਰਾਂ ਦੇ ਲੰਗਰ ਚੱਲਦੇ ਨੇ, ਜਲੇਬੀਆਂ ਦੇ ਲੰਗਰ ਚੱਲ ਰਹੇ ਨੇ, ਕੋਈ ਪਦਾਰਥ ਕੋਈ ਲੱਡੂ ਵੰਡ ਕੇ ਚੱਲਦੇ ਨੇ, ਗੁਰੂ ਪਾਤਸ਼ਾਹ ਜੀ ਦੇ ਅਟੋਟ ਕਿਰਪਾ ਹੈ ਮਾਲਕ ਦੀ ਸੱਚੇ ਪਾਤਸ਼ਾਹ ਦੀ, ਬਹੁਤ ਚੜ੍ਹਦੀ ਚੜ੍ਹਦੀ ਕਲਾ। ਸਾਧ ਸੰਗਤ ਨੂੰ ਹੱਥ ਜੋੜ ਕੇ ਨਿਮਰਤਾ ਸਾਹਿਬ ਬੇਨਤੀ ਹੈ ਕਿ ਲੰਗਰ ਜ਼ਰੂਰ ਛੱਕ ਕੇ ਜਾਇਓ ਜੀ। ਲੰਗਰ ਗੁਰੂ ਪਾਤਸ਼ਾਹ ਜੀ ਦਾ ਹੈ, ਨਾਨਕ ਪਾਤਸ਼ਾਹ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮਾਮਾ ਦੋ ਇੱਕ ਯਾਰ।
ਦੇਖੋ ਐਡੇ ਲੰਗਰ ਚੱਲਣ ਦੇ ਬਸ ਫੋਟੋ ਵਿੱਚ ਲਾਭ ਲੱਗੇ ਭਗਤ ਲੱਥ ਗਈ ਆ ਜਿਹੜਾ ਮੇਨ ਜਿਹੜਾ ਕੱਤ ਧਰਦਾ ਉਹ ਬੰਦੇ ਅੱਜ ਅਸੀਂ ਫਿਰ ਬੁਲਾਏ ਅੱਜ ਬੜਾ ਤਕੜਾ ਕੰਮ ਬੜਾ ਪਤਾ ਨਹੀਂ ਪਾ ਕਰ ਬੜਾ ਘੱਤ ਕੰਮ ਵਾਹਿਗੁਰੂ ਭਗਵਤੇ ਜੀ ਕੀ ਪਾਤਸ਼ਾਹੀ ਦੱਸੇ ਪ੍ਰਤਾਪ ਭਗਵਤੇ ਸਿਮਰ ਕਾ ਗੁਰੂ ਨਾਨਕ ਸਾਹਿਬ ਲੈ ਕੇ ਆਏ ਪ੍ਰਗਟ ਤੇ ਗੁਰੂ ਅਮਰਦਾਸ ਸਭ ਦੱਸੇ ਹੋਈ ਸਹਾਇ ਅਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਕਿਥੇ ਸਭ ਦੁਖ ਜਾਇ ਹੇ ਬਹਾਦਰ ਸਿਮਰਿਐ ਕਰ ਨਾਮ ਨੇ ਦਿਆ ਵੈ ਧਾਇ ਸਭ ਤਾਈ ਹੋਈ ਜੀ ਸਹਾਇ ਦਸਵੇਂ ਪਾਤਸ਼ਾਹ ਸਹਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲ ਕੀਤਾ ਪਾਤਸ਼ਾਹ ਜੀ ਸਭ ਤਾਈ ਹੋਈ ਜੀ ਸਹਾਇ ਸਭ ਤਾਈ ਹੋਈ ਜੀ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋ ਧੰਨ ਧੰਨ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾ ਜੀ ਕਾ ਧਿਆਨ ਧਰ ਕੇ ਬੋਲਾਂ ਜੀ ਸਤਨਾਮ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਧੰਨ ਧੰਨ ਬਾਬਾ ਲਕਸ਼ਮੀ ਦਾਸ ਸਾਹਿਬ ਜੀ ਮਹਾਰਾਜ ਸਾਰੇ ਬਾਬਾ ਬੁੱਢਾ ਸਾਹਿਬ ਜੀ ਕੇ ਪਵਿੱਤਰ ਘਰ ਕਮਾਈ ਜੀ ਕਾ ਧਿਆਨ ਧਰ ਕੇ ਬੋਲਾਂ ਜੀ ਸਤਨਾਮ ਗੁਰੂ ਸਾਹਿਬ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਪੁੱਤਿਆਂ ਸ਼ਹੀਦਾਂ ਮੁਰੀਦਾਂ ਹੱਟੀਆਂ ਜਪੀਆਂ
ਜਿਨ੍ਹਾਂ ਪ੍ਰੇਮੀਆਂ ਨਾਮ ਜਪਿਆ ਵੱਟ ਕੇ ਛਕਿਆ ਜੇ ਕੁਲਾਈ ਤੇ ਗਵਾਈ ਦੇ ਕੇ ਅਣਡਿੱਟ ਕੀਤਾ ਜਿਨ੍ਹਾਂ ਸੰਜਾਰਿਆਂ ਪਿਆਰਿਆਂ ਦੀ ਧਿਆਨ ਤੇ ਅੰਦਰ ਕੇ ਬੋਲਾਂ ਜੀ ਸਤਨਾਮ ਜਿਨ੍ਹਾਂ ਸਿੰਘਾਂ ਸਿੰਘਰੀਆਂ ਨੇ ਧਰਮੇ ਇੱਕ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚੱਕੜੀਆਂ ਤੇ ਚੜਿਆਰਿਆਂ ਨਾਲ ਚਲਾਈ ਗਏ ਗੁਰਦੁਆਰਿਆਂ ਦੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਇਹਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ ਸਤਨਾਮ ਬਾਬਾ ਜੀ ਆਪ ਜੀ ਦੇ ਪਵਿੱਤਰ ਪਵਿੱਤਰ ਰੰਗ ਦੇ ਬਸਤਰ ਸ੍ਰੀ ਚੋਲਾ ਸਾਹਿਬ ਨਨਕਾਣਾ ਸਾਹਿਬ ਪਟਨਾ ਸਾਹਿਬ ਗੋਇੰਦਵਾਲ ਸਾਹਿਬ ਭਟੂਰ ਸਾਹਿਬ ਹਜੂਰ ਸਾਹਿਬ ਅਨੰਦਪੁਰ ਸਾਹਿਬ ਪਟਨਾ ਸਾਹਿਬ ਦਮਦਮਾ ਸਾਹਿਬ ਤਰਨ ਤਾਰਨ ਸਾਹਿਬ ਗੋਇੰਦਵਾਲ ਸਾਹਿਬ ਭਟੂਰ ਸਾਹਿਬ ਅੰਮ੍ਰਿਤਸਰ ਸਾਹਿਬ ਕਰਤਾਰਪੁਰ ਸਾਹਿਬ ਡੇਰਾ ਸਾਹਿਬ ਸਮੂਹ ਗੁਰਦੁਆਰਿਆਂ ਤੀਰਥਾਂ ਭਗਤਾਂ ਮਹਾਂਪੁਰਸ਼ਾਂ ਜੀ ਕੀ ਪਵਿੱਤਰ ਘਰ ਕਮਾਈ ਜੀ ਦਾ ਧਿਆਨ ਧਰਕੇ ਬੋਲਣਾ ਜੀ ਸਤਨਾਮ ਬਾਬਾ ਜੀ ਆਪ ਜੀ ਦੇ ਮਹਾਂ ਵਾਕਾਂ ਅਨੁਸਾਰ ਅਸੀਂ ਕੱਤੇ ਬਹੁਤ ਕਮਾਲ ਦੇ ਅੰਤ ਨਾ ਪਾਰਾਵਾਰ ਹਰ ਕਿਰਪਾ ਕਰਕੇ ਬਖਸ਼ ਲਿਓ ਪਾਪੀ ਵੱਡ ਗੁਨਾਹਗਾਰ ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਇਹਦੇ ਅਵਗਣ ਹਮਾਰੇ ਦਿਆ ਕਰੋ ਕੁਛ ਮੇਰੇ ਪਾਓ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤੱਪੈ ਸਿੰਦਰ ਵਰਗਾ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ ਆਪ ਜੀ ਦੇ ਮਹਾਂਵਾਕਾਂ ਅਨੁਸਾਰ ਗੁਰੂ ਨਾਨਕ ਕੇ ਅੰਗ ਕਾ ਚੋਲਾ ਜੀਏ ਜਾਨ ਤੀਨ ਲੋਕ ਨਹਾਇਆ ਸੋ ਬਸਰ ਮਹਾਨ ਅਲਗ ਲਖਾਇਆ ਗੁਰਤੇ ਪਾਇਆ ਨਾਨਕ ਇਹ ਹਰ ਕਾ ਚੋਲਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ ਧੰਨ ਧੰਨ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਬੜੀ ਅਪਾਰ ਕਿਰਪਾ ਜੋ ਆਪ ਜੀ ਦਾ ਸਲਾਨਾ ਜੋੜ ਮੇਲਾ ਚੱਲ ਰਿਹਾ ਜੋ ਕੱਲ ਤੋਂ ਆਪ ਜੀ ਦੀਆਂ ਸੰਗਤਾਂ ਨੇ ਹੁਸ਼ਿਆਰਪੁਰ ਹੋਰ ਨੇੜੇ ਦੂਰੋਂ ਸੰਗਤਾਂ ਗੜਸ਼ੰਕ ਨਵਾਂ ਸ਼ਹਿਰ ਪਟਿਆਲਾ ਸ਼ਹਿਰੀਆਂ ਇਕੱਤਰ ਹੋ ਕੇ ਜੋ ਚਾਲੇ ਪਾਏ ਹਨ ਕੁਝ ਸੰਗਤਾਂ ਆਪ ਜੀ ਦੇ ਦਰ ਤੇ ਪਹੁੰਚੀਆਂ ਹਨ ਕੁਝ ਆ ਰਹੀਆਂ ਹਨ ਕੁਛ ਰਸਤੇ ਵਿੱਚ ਹਨ ਕਿਰਪਾ ਕਰਨੀ ਇਸ ਵਕਤ ਆਪ ਜੀ ਦੀ ਸੰਗਤ ਓੜਨੇ ਤੋਂ ਜੋ ਬਾਬਾ ਜੀ ਆਪ ਜੀ ਦੇ ਗੁਰਮੁਖ ਪਰਿਵਾਰ ਹਰ ਸਾਲ ਆਪ ਜੀ ਦੇ ਦਰ ਤੇ ਬੱਸਾਂ ਦੇ ਰੂਪ ਵਿੱਚ ਲੈ ਕੇ ਆਉਂਦੇ ਹਨ ਕਿਰਪਾ ਕਰਨੀ ਸਮੂਹ ਓੜੇ ਸੰਗਤ ਦੀ ਸਭ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਕਦਮ ਕਦਮ ਲੇਖੇ ਚਲਾਉਣਾ ਆਪ ਸਾਰਿਆਂ ਦੇ ਦਿਲਾਂ ਦੀਆਂ ਜਾਣਦੇ ਹੋ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਭੀੜ ਪਸੰਦ ਆਪ ਸਾਰਿਆਂ ਦੇ ਦਿਲਾਂ ਦੀਆਂ ਜਾਣਦੇ ਹੋ ਸਭ ਦੀਆਂ ਸ਼ੁਭ ਭਾਵਨਾਵਾਂ ਸੰਪੂਰਨ ਕਰਨੀਆਂ ਸੰਗਤਾਂ ਵਿੱਚੋਂ ਪੁੱਤਰ ਮੰਗਣ ਵਾਲਿਆਂ ਨੂੰ ਪੁੱਤਰਾਂ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਦੇਹ ਰੋਗਤਾ ਮੰਗਣ ਵਾਲਿਆਂ ਨੂੰ ਦੇਹ ਰੋਗਤਾ ਦੀ ਦਾਤ ਬਖਸ਼ਿਸ਼ ਕਰਨੀ ਕਾਰੋਬਾਰ ਮੰਗਣ ਵਾਲਿਆਂ ਦੇ ਕਾਰੋਬਾਰਾਂ ਚ ਵਾਧੇ ਕਰਨੇ ਪ੍ਰਦੇਸ ਜਾਣ ਵਾਲਿਆਂ ਨੂੰ ਪ੍ਰਦੇਸ ਭੇਜਣਾ ਕੱਚਿਆਂ ਨੂੰ ਪੱਕਿਆਂ ਕਰਨਾ ਜਿਹਨਾਂ ਬੱਚਿਆਂ ਬੱਚਿਆਂ ਦੇ ਸੰਯੋਗ ਉੱਤੇ ਹਨ ਆਪ ਸੋਹਣੇ ਕਾਰਜ ਰਾਸ ਕਰਨੇ ਸਰਬੱਤ ਦਾ ਭਲਾ ਕਰਨਾ ਕਿਰਪਾ ਕਰਨੀ ਆਪ ਜੀ ਦੇ ਮਹਾਂਵਾਕਾਂ ਅਨੁਸਾਰ ਜੋ ਮੰਗੈ ਠਾਕੁਰ ਆਪਣੇ ਦੇ ਸੋਈ ਸੋਈ ਦੇਵੈ ਨਾਨਕ ਦਾਸ ਮੁਕਤੇ ਜੋ ਬੋਲੈ ਇਹਾ ਮਹਾਂ ਸੱਚ ਹੋਵੈ ਇਹਦੇ ਮਹਾਂਵਾਕਾਂ ਅਨੁਸਾਰ ਆਪਣੇ ਗੁਰਮੁਖ ਪਰਿਵਾਰਾਂ ਦੀ ਇਹਾ ਉਹਾਂ ਆਪ ਪਤ ਰੱਖਣੀ
ਸਮੂਹ ਆਈ ਸੰਗਤ ਦੀ ਹਾਜ਼ਰੀ ਦਾ ਪ੍ਰਵਾਨ ਕਰਨੀ ਕਿਰਪਾ ਕਰਨੀ ਆਪ ਜੀ ਦੇ ਅਸਥਾਨਾਂ ਤੇ ਔਰ ਆਪ ਜੀ ਦੇ ਗੁਰਮੁਖ ਪਰਿਵਾਰਾਂ ਦੇ ਗ੍ਰਹਿ ਵਿਖੇ ਕਿਰਪਾ ਕਰਨੀ ਇਸੇ ਹੀ ਤਰ੍ਹਾਂ ਗੁਰਬਾਣੀ ਦਾ ਪ੍ਰਭਾਵ ਹਮੇਸ਼ਾ ਹਮੇਸ਼ਾ ਚੱਲਦਾ ਰਹੇ ਰੋ ਲੰਗਰ ਟੱਪਦੇ ਰਹਿਣ ਆਪ ਜੀ ਦੀਆਂ ਸੰਗਤਾਂ ਪਾਸੋਂ ਆਪ ਜੀ ਨੂੰ ਸੋਹਣੇ ਪਿਛਾਕੇ ਪਹਿਨਾਏ ਗਏ ਹਨ ਆਪਣ ਦੀ ਕਾਰ ਕਰਨੇ ਸਿਹਤਾਂ ਦੇ ਪਰਦੇ ਢੱਕਣੇ ਕਿਰਪਾ ਕਰਨੀ ਆਪਣੇ ਦਰੋਂ ਘਰੋਂ ਬਾਬਾ ਜੀ ਸਮੂਹ ਸੰਗਤ ਦੀ ਹਾਜ਼ਰੀ ਦਾ ਪ੍ਰਵਾਨ ਕਰਨੀ ਔਰ ਕਿਰਪਾ ਕਰਨੀ ਆਪ ਜੀ ਦੇ ਅਸਥਾਨਾਂ ਤੇ ਔਰ ਆਪ ਜੀ ਦੇ ਗੁਰਮੁਖ ਪਰਿਵਾਰਾਂ ਦੇ ਗ੍ਰਹਿ ਵਿਖੇ ਕਿਰਪਾ ਕਰਨੀ ਇਸੇ ਹੀ ਤਰ੍ਹਾਂ ਗੁਰਬਾਣੀ ਦਾ ਪ੍ਰਵਾਹ ਹਮੇਸ਼ਾ ਹਮੇਸ਼ਾ ਚੱਲਦਾ ਰਹੇ ਜੋ ਲੰਗਰ ਤੱਕਦੇ ਰਹਿਣ ਸਾਧ ਸੰਗਤ ਛਕਦੀ ਰਹੇ ਭੰਡਾਰੇ ਭਰਪੂਰ ਰੱਖਣੇ ਰਸਤਾ ਦਰਗਾਹ ਜੋ ਭਜਣੀਆਂ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।